ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੋਸਟਲ ਵਿੱਚ ਘਟੀਆ ਕੁਆਲਿਟੀ ਦੇ ਖਾਣੇ ਅਤੇ ਸਫਾਈ ਨੂੰ ਲੈ ਕੇ ਡੀਨ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਰੇਟ ਵਧਾ ਦਿੱਤੇ ਨੇ, ਜਿਸ ਕਾਰਨ ਵਿਦਿਆਰਥੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਗਰੀਬ ਗੁਣਵੱਤਾ, ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਦੱਸਿਆ ਕਿ ਅੰਬੇਡਕਰ ਹੋਸਪਿਟਲ ਅਤੇ ਹੋਰ ਬਲਾਕਾਂ ਦੇ ਬਾਥਰੂਮਾਂ ਦੀ ਹਾਲਤ ਖਸਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ 8 ਲੜਕੀਆਂ ਵਾਲੇ ਕਮਰੇ ਦੇ ਵਿੱਚ ਕਰੀਬ 28 ਲੜਕੀਆਂ ਕਿਵੇਂ ਰਹਿ ਰਹੀਆਂ ਨੇ? ਮੇਰਾ ਨਾਮ ਸਮਨਦੀਪ ਕੌਰ ਆ। ਕਿਉਂਕਿ ਜੇ ਇੱਥੇ ਸਾਡਾ ਪ੍ਰੋਟੈਸਟ ਚੱਲ ਰਿਹਾ, ਸਾਡਾ ਹੋਸਟਲ ਅੰਬੇਦਕਰ ਆ, ਇਹ ਸਾਰੀਆਂ ਕੁੜੀਆਂ ਅੰਬੇਦਕਰ ਹੋਸਟਲ ਦੀਆਂ ਨੇ। ਅਸੀਂ ਪਰਸੋਂ ਅੰਬੇਦਕਰ ਹੋਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ, ਜਿਹਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੋਸਟਲ ਦੀਆਂ, ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ, ਖਾਣੇ ਦਾ ਪ੍ਰਬੰਧ ਨਹੀਂ, ਵਿੱਚ ਸੁੰਡ ਆ ਰਹੇ ਆ ਜਾਂ ਖਾਣਾ ਵਧੀਆ ਨਹੀਂ ਹੁੰਦਾ, ਕਈ ਵਾਰੀ ਖੱਟਾ ਹੁੰਦਾ। ਡੇਲੀ ਸਾਡੇ ਹੋਸਟਲ ਦੇ ਵਿੱਚ ਐਂਬੂਲੈਂਸ ਆਉਂਦੀ ਆ, ਤੇ ਜਿਹੜੀ ਸਾਡੇ ਹੋਸਟਲ ਦੀ ਕੰਸਟਰਕਸ਼ਨ ਆ ਉਹ ਇਹੋ ਜਿਹੀ ਆ ਕਿ 5-5 ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ। ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਗਾ, ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ 2 ਕੁੜੀਆਂ ਦੀ ਅਲੋਟਮੈਂਟ ਆ, 3 ਪਾ ਰਹੇ ਆ। ਸੀਸੀ ਵਿੰਗ ਦੇ ਵਿੱਚ ਇੱਕ ਰੂਮ ਦੇ ਵਿੱਚ 8 ਕੁੜੀਆਂ ਦੀ ਅਲੋਟਮੈਂਟ ਆ, ਉਹਦੇ ਚ 28-28 ਕੁੜੀਆਂ ਪਾ ਰਹੇ ਆ। ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਇਕੱਠ ਕੀਤਾ ਸੀ, ਉੱਥੇ ਡੀਨ ਮੈਡਮ ਆਏ, ਉਹਨਾਂ ਨੇ ਇੰਸਪੈਕਸ਼ਨ ਕੀਤੀ, ਹੋਸਟਲ ਚੈੱਕ ਕੀਤਾ, ਵਾਸ਼ਰੂਮ ਚੈੱਕ ਕੀਤੇ, ਮੈਸ ਚੈੱਕ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ, ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ, ਬਹੁਤ ਸ਼ਾਂਤੀਪੂਰਵਕ ਆਏ, ਅਸੀਂ ਆ ਕੇ ਇੱਥੇ ਬੈਠੇ, ਅਸੀਂ ਪ੍ਰਵੋਸਟ ਸਰ ਨਾਲ ਗੱਲ ਕੀਤੀ, ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ। 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ, ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ। ਡੀਨ ਮੈਡਮ ਨੂੰ ਕਾਲ ਕੀਤੀ, ਅਸੀਂ ਅੱਗੇ ਹੀ ਸੀਗੇ, ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ। ਇਹ ਹਾਲ ਜਦੋਂ ਤੋਂ ਅਸੀਂ ਆਏ ਹਾਂ, ਮੈਨੂੰ 2 ਸਾਲ ਹੋ ਗਏ ਹੋਸਟਲ ਦਾ, ਉਦੋਂ ਤੋਂ ਇਹੀ ਹਾਲ ਆ। ਅੰਬੇਦਕਰ ਹੋਸਟਲ ਦਾ ਇਹੀ ਹਾਲ ਆ, ਕੁੜੀਆਂ ਦਾ ਹੋਸਟਲ ਅੰਬੇਦਕਰ। ਹਾਂਜੀ, ਜੀ ਬਲੋਕ, ਐਚ ਬਲੋਕ, ਸੀਸੀ ਸਪੋਰਟਸ, 3 ਵਿੰਗ ਆ। ਹਾਂਜੀ, ਪੂਰੇ ਹੋਸਟਲ ਚ ਇਹੀ ਹਾਲ ਆ। ਬਹੁਤ ਪਹਿਲਾਂ ਤੋਂ ਆ ਰਹੀ ਆ, ਅੱਜ ਅਸੀਂ ਵੀਡੀਓ ਵੀ ਬਣਾਈ ਆ, ਅੱਜ ਵੀ ਆਈ ਆ, ਪਰਸੋਂ ਇੰਸਪੈਕਸ਼ਨ ਹੋਈ ਆ। ਕੱਲ ਸਾਡੇ ਜਿਹੜੇ ਸੁਬਹ ਪਰੌਠੇ ਬਣੇ ਆ ਉਹ ਖੱਟੇ ਸੀ, ਤੇ ਐਂਬੂਲੈਂਸ ਸਾਡੇ ਹੋਸਟਲ 'ਚ 4 ਵਾਰੀ ਆਈ, ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ 'ਤੇ ਪਿਆ ਹਲੇ ਤੱਕ ਵੀ ਪਲੇਟ। ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ, ਉਹ ਇੰਨੀ ਜ਼ਿਆਦਾ, ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਨਹੀਂ ਕਰਦੇ ਹੈਗੇ ਗੇ ਉਹਦੀ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ, ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ, ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨਹੀਂ ਖਾਧਾ ਸੀਗਾ, ਸੁਬਹਾ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਰੇਬਾਜ਼ੀ ਕੀਤੀ, ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ। ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਰੇਬਾਜ਼ੀ ਕੀਤੀ, ਮੈਡਮ ਇੱਧਰ ਆ ਗਏ। ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ। ਜਦੋਂ ਬਾਅਦ 'ਚ ਮੈਡਮ ਆਏ, ਮੈਡਮ ਉਰੇ ਆ ਗਏ, ਬੱਚੇ ਅਗਰੈਸ਼ਨ 'ਚ ਸੀਗੇ, ਬੱਚਿਆਂ ਨੇ ਨਾਰੇਬਾਜ਼ੀ ਸਟਾਰਟ ਕੀਤੀ, ਮੈਡਮ ਉੱਧਰ ਨੂੰ ਫੇਰ ਵਗ ਗਏ, ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ। ਉਹਦੇ 'ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ, ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27-32 ਰੁਪਏ ਕਰਤੇ, ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ, ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30-4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਨਹੀਂ, ਅਸੀਂ ਬੀਸੀ, ਕਿਉਂਕਿ ਸਾਨੂੰ ਟਾਈਮ ਇਹਨਾਂ ਨੇ ਦਿੱਤਾ ਸੀਗਾ ਨਾ, ਇਹ ਸਾਰਾ ਡੀਨ ਦਾ ਸਾਰਾ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ ਸੀਗਾ। ਮੇਰਾ ਨਾਂ ਦਿਲਪ੍ਰੀਤ ਹੈ।
ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ, ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ, ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਇਟ ਆ ਉਹਦੇ ਵਿੱਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ, ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ 'ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ 'ਚ ਰੋਟੀ, ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵੀ 27 ਰੁਪਏ 'ਚ ਪਹਿਲਾਂ ਕੁਆਲਿਟੀ ਨਹੀਂ ਸੀ ਦੇ ਰਹੇ, ਆਪ ਮੰਨ ਰਹੇ ਆ। ਦੂਜੀ ਗੱਲ, ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ, ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ? ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ, ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ, ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ। ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ, ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ, ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ? ਇਹਦੇ 'ਚ ਇਹ ਗੱਲ ਵੀ ਆ, ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਹਾਂ, ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇ ਗੇ ਕਿਉਂਕਿ ਡਾਇਟ ਲਗਾਤਾਰ ਮਹਿੰਗੀ ਹੋ ਰਹੀ ਆ। 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ, ਅਸੀਂ ਵੀ ਜਾਣਦੇ ਹਾਂ ਇੰਨੀ ਮਹਿੰਗਾਈ ਦਾ ਸਮਾਂ ਹੈਗਾ। ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ, ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ ਦੋ ਦੋ ਬਿਲਕੁਲ ਔਖੇ ਐਡਜਸਟ ਕਰਦੇ ਹਾਂ ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ, ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ ਦੋ ਦੋ ਬੈੱਡ ਤੇ ਚਾਰ ਚਾਰ ਰਹਿਣ ਲਈ ਮਜਬੂਰ ਕਰਦੇ ਆ, ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ। ਇਹ ਸਾਡਾ ਮਸਲਾ ਗਾ। ਇਦੋਂ ਬਿਨਾਂ ਹੋਸਟਲ 'ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੋਕੇਜ ਆ, ਵਾਸ਼ ਬੇਸਿਨ ਲਗਾਤਾਰ ਬਲੋਕ ਹੁੰਦੇ ਆ। ਕੱਲ ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ, ਇੰਨਾ ਮਾੜਾ ਹਾਲ ਹੈਗਾ। ਫਿਰ ਸਾਡੇ ਹੋਸਟਲ ਜਿਹੜਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ, ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ, 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ, ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ, ਵਾਟਰ ਕੂਲਰ ਆ 650 ਦੀ ਕਪੈਸਿਟੀ ਆ ਹੋਸਟਲ ਦੀ, ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ, ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ 'ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਹਾਂ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਹਾਂ, ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਹਾਂ ਵੀ ਕੋਈ ਕੰਮ ਹੋਊਗਾ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਹਾਂ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ 'ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਹਾਂ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ, ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ, ਉੱਤੋਂ ਸਾਡੇ ਨਾਰਿਆਂ, ਅਸੀਂ ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਹਾਂ। ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ, ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਕਹਿਤਾ ਹੈਗਾ। ਉਦੋਂ ਬਿਨਾਂ ਮੈਸ ਡਾਇਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ, ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। ਅਥਾਰਿਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ, ਸਾਰੀ ਬੈਠੀ ਨਹੀਂ, ਬਲਕਿ ਮੈਂ ਬਾਈਟ ਦੇਣਾ ਹੀ ਨਹੀਂ ਚਾਹ ਰਹੀ, ਬਿਕੋਜ਼ ਵੀ ਟ੍ਰਾਈ ਟੂ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ। ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਜੀ। ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਹੀਂ, ਬੇਸਿਕਲੀ at the moment I am not in a position to comment because I am trying to resolve the issues. I would definitely, in what capacity I have come to ask me, that is an issue. I would not like to comment on anything, not at all, because we are trying, we are holding a meeting for that reason.
ਅਸੀਂ ਉਸੇ ਚੀਜ਼ ਦਾ ਡਿਸਕਸ਼ਨ ਕਰ ਰਹੇ ਵੀ ਆ ਡੂਇੰਗ ਦੈਟ ਦੇਖੋ ਦੈਟ ਇਜ਼ ਆਲਸੋ ਐਨ ਇਸ਼ੂ ਬਿਕੋਜ਼ ਆਈ ਹੈਵ ਜਸਟ ਟੇਕਨ ਦ ਚਾਰਜ ਇਨ ਦ ਲਾਸਟ 10 ਡੇਜ਼ ਆਈ ਕੇਮ ਔਨ 18 ਕੁਛ ਹੈ ਬਹੁਤ ਹੀ ਨਹੀਂ ਹੈ ਬਟ ਵਟ ਐਵਰ ਇਜ਼ ਦੇਅਰ ਵੀ ਟ੍ਰਾਇੰਗ ਟੂ ਸੋਲਵ can't say that because you know I'm trying to look into it I'm trying to reach out to what we can do about the students because I don't unnecessary comment nahi kar paungi is pe please tusi please do not I will not be able to comment unless I know what is the reason see all of them are sitting here I will not like to say anything until I am able to resolve yes I visited the hostel day before also but I not to like to comment even our madam had visited the hostel dean academic but we are trying to resolve the issue once message galti hai ki message vich jehda nahi ji I cannot say at the moment because ahi gal ho rahi hai ki something else is also coming up in this that it is not from the mess alone it has to be something else it's there is something behind it so at the moment I will not like to obviously that has to be seen because I just took the charge in the last 10 days and why these things were not resolved earlier has to be seen I visited number of all the hostels Ambedkar hostel they saying the sare bachche keh rahe hain ji khane di samasya hai lekin us de bare already workout ho reha siga aur us workout de vich is a issue siga aur us issue nu assi resolve kar rahe si te aaj eh gal samne aayi bachche keh rahe hain ki team mein milde hain par team mein apni chairs kat ke dusri jagah chale jande assi unhone ਇਹ ਬਿਲਕੁਲ ਗਲਤ ਹੈ I will not comment I will not comment at all because I went to see the hostel and at the moment parson vi pani da issue si we have resolved the issue of water jehda si mata jehda yuko wala hostel si je issue resolve karan di ichha na hundi to issue vi resolve nahi si hunda do din laga ke oh vi issue resolve hoya hun eh galla samne aa rahi hai inu vi resolve karan di koshish kar but I will not like to comment on anything because there could be something behind it which at the moment I don't know basically actually ki hai to bachchan de jehde masle se ye dik minute to see I